ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ 31 ਦਸੰਬਰ 2023 ਹੈ ਔਰ ਸਾਲ ਦਾ ਆਖਰੀ ਦਿਨ ਹੈ 2023 ਦੇ ਵਿੱਚ ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਪਸੰਦ ਕੀਤਾ ਔਰ ਇਸੇ ਤਰ੍ਹਾਂ ਹੀ ਸਾਡਾ ਸਾਥ 2024 ਦੇ ਵਿੱਚ ਵੀ ਦਿੰਦੇ ਰਹੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਖਾਸ ਤੌਰ ਤੇ ਗੱਲ ਕਰਾਂਗੇ ਮਲਾਜ਼ਮਾਂ ਦੇ ਉਹਨਾਂ ਵਿਸ਼ਿਆਂ ਬਾਰੇ ਮਲਾਜ਼ਮਾਂ ਦੀ ਉਹਨਾਂ ਚੁਣੌਤੀਆਂ ਬਾਰੇ ਜੋ ਕਿ 2024 ਦੇ ਵਿੱਚ ਇਹਨਾਂ ਮਲਾਜ਼ਮਾਂ ਨੂੰ ਫੇਸ ਕਰਨੀਆਂ ਪੈਣਗੀਆਂ 2023 ਦੇ ਵਿੱਚ ਬਹੁਤ ਸੰਘਰਸ਼ ਜਿਹੜਾ ਮਲਾਜ਼ਮਾਂ ਵੱਲੋਂ ਕੀਤਾ ਗਿਆ 40 ਦਿਨ ਤੱਕ ਦੀ ਹੜਤਾਲ ਜਿਹੜੀਆਂ ਮਲਾਜ਼ਮਾਂ ਵੱਲੋਂ ਕੀਤੀ ਗਈ ਔਰ ਮਲਾਜ਼ਮਾਂ ਨੂੰ ਇਸ ਸਾਲ ਦੇ ਦੌਰਾਨ ਕੀ ਕੁਝ ਮਿਲਿਆ ਔਰ 2024 ਦੇ ਵਿੱਚ ਕਿਹੜੀਆਂ ਵੱਡੀਆਂ ਚੁਣੌਤੀਆਂ ਜਿਹੜੀਆਂ ਰਹਿਣ ਵਾਲੀਆਂ ਉਸ ਬਾਰੇ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ 2023 ਦੇ ਵਿੱਚ ਮਲਾਜ਼ਮਾਂ ਨੂੰ ਜਾਂਦੇ ਜਾਂਦੇ 4% ਡੀਏ ਜਿਹੜਾ ਹੈ ਸਰਕਾਰ ਵੱਲੋਂ ਦਿੱਤਾ ਗਿਆ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜੇ ਮੁਲਾਜ਼ਮ ਨੇ ਲਗਾਤਾਰ ਜਿਹੜਾ ਸੰਘਰਸ਼ ਕਰਦੇ ਰਹੇ ਨੇ 2023 ਦੇ ਦੌਰਾਨ ਔਰ 40 ਦਿਨ ਦੀ ਲੰਬੀ ਜਿਹੜੀ ਹੈ ਸਟ੍ਰਾਈਕ ਪੀਐਸ ਐਮਐਸਯੂ ਵੱਲੋਂ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਕੀਤੀ ਗਈ ਔਰ 18 ਦਸੰਬਰ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਤੋਂ ਬਾਅਦ 4% ਡੀਏ ਜਿਹੜਾ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੋ ਕਿਹੜੀਆਂ ਵੱਡੀਆਂ ਚੁਣੌਤੀਆਂ ਨੇ 2024 ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਉਹ ਡੀਏ ਹੈ ਕਿਉਂਕਿ 1 ਜੁਲਾਈ 2022 ਦਾ ਜਿਹੜਾ 4% ਡੀਏ ਆ ਮੁਲਾਜ਼ਮਾਂ ਨੂੰ 1 ਦਸੰਬਰ 2023 ਨੂੰ ਦਿੱਤਾ ਗਿਆ ਯਾਨੀ ਕਿ 17 ਮਹੀਨੇ ਬਾਅਦ ਦਿੱਤਾ ਗਿਆ ਔਰ 17 ਮਹੀਨੇ ਦਾ ਜਿਹੜਾ ਏਰੀਅਰ ਹੈ ਉਹ ਮੁਲਾਜ਼ਮਾਂ ਨੂੰ ਅਦਾ ਨਹੀਂ ਕੀਤਾ ਗਿਆ ਔਰ ਇਸ ਤੋਂ ਇਲਾਵਾ ਜੇਕਰ ਦੋਸਤੋ ਗੱਲ ਕਰੀਏ ਤਾਂ ਡੀਏ ਦੇ ਵਿੱਚ ਅਜੇ ਵੀ ਮੁਲਾਜ਼ਮ ਜਿਹੜੇ ਨੇ 8% ਪਿੱਛੇ ਚੱਲ ਰਹੇ ਨੇ ਕਿਉਂਕਿ 1 ਜਨਵਰੀ 2023 ਤੇ 1 ਜੁਲਾਈ 2023 ਦਾ 4-4% ਦਾ ਜਿਹੜਾ ਡੀਏ ਹੈ ਮੁਲਾਜ਼ਮਾਂ ਨੂੰ ਅਜੇ ਤੱਕ ਨਸੀਬ ਨਹੀਂ ਹੋਇਆ ਔਰ 1 ਜਨਵਰੀ 2024 ਦੇ ਵਿੱਚ ਜੇਕਰ ਕੇਂਦਰ ਸਰਕਾਰ ਵੱਲੋਂ ਆਪਣੇ ਮਲਾਜ਼ਮਾਂ ਨੂੰ ਇੱਕ ਹੋਰ ਡੀਏ ਦੀ ਕਿਸ਼ਤ ਦਿੱਤੀ ਜਾਂਦੀ ਹੈ ਤਾਂ ਮਲਾਜ਼ਮ ਜਿਹੜੇ ਨੇ ਪੰਜਾਬ ਦੇ ਤਿੰਨ ਕਿਸ਼ਤਾਂ ਦੇ ਵਿੱਚ ਜਿਹੜਾ ਡੀਏ ਦੇ ਪਿੱਛੇ ਹੋ ਜਾਣਗੇ ਸੋ ਵੱਡੀ ਚੁਣੌਤੀ ਇਹ ਰਹੇਗੀ ਕਿ ਆਉਣ ਵਾਲੇ ਸਾਲ ਦੇ ਵਿੱਚ 2024 ਦੇ ਵਿੱਚ ਮਲਾਜ਼ਮਾਂ ਨੂੰ ਡੀਏ ਦੀ ਜਿਹੜੀ ਅਦਾਇਗੀ ਹੈ ਸਰਕਾਰ ਵੱਲੋਂ ਸਮੇਂ ਸਿਰ ਕੀਤੀ ਜਾਵੇ ਦੂਸਰੀ ਵੱਡੀ ਚੁਣੌਤੀ ਦੀ ਦੋਸਤੋ ਜੇਕਰ ਗੱਲ ਕਰੀਏ ਤਾਂ ਉਹ ਹੈ ਪ੍ਰਾਣੀ ਪੈਨਸ਼ਨ ਦੀ ਬਹਾਲੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਲਿਖਤੀ ਰੂਪ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਸੀ ਪ੍ਰਾਣੀ ਪੈਨਸ਼ਨ ਨੂੰ ਲੈ ਕੇ ਔਰ ਉਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਲਗਾਤਾਰ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪ੍ਰਾਣੀ ਪੈਨਸ਼ਨ ਜਿਹੜੀ ਆ ਪੂਰੀ ਤਰ੍ਹਾਂ ਬਹਾਲ ਹੋ ਜਾਵੇ ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਸਰਕਾਰ ਵੱਲੋਂ ਲਿਖਤੀ ਰੂਪ ਦੇ ਵਿੱਚ ਇਹ ਮੰਨਿਆ ਗਿਆ ਹੈ ਕੇਂਦਰ ਸਰਕਾਰ ਕੋਲ ਕੀ ਪੁਰਾਣੀ ਪੈਨਸ਼ਨ ਪੰਜਾਬ ਦੇ ਵਿੱਚ ਬਹਾਲ ਕਰ ਦਿੱਤੀ ਗਈ ਹੈ ਪਰ ਮੁਲਾਜ਼ਮਾਂ ਦਾ ਮੰਨਣਾ ਇਹ ਹੈ ਕਿ ਪੰਜਾਬ ਦੇ ਵਿੱਚ ਜੇਕਰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ ਤਾਂ NPS ਦੀ ਕਟੌਤੀ ਬੰਦ ਕਰਕੇ ਮੁਲਾਜ਼ਮਾਂ ਦੇ GPF ਖਾਤੇ ਜਿਹੜੇ ਨੇ ਉਹ ਖੋਲੇ ਜਾਣ ਸੋ ਦੂਸਰੀ ਵੱਡੀ ਚੁਣੌਤੀ 2024 ਦੇ ਵਿੱਚ ਮੁਲਾਜ਼ਮਾਂ ਦੇ ਲਈ ਹੋਵੇਗੀ ਪੁਰਾਣੀ ਪੈਨਸ਼ਨ ਨੂੰ ਪੂਰਨ ਤੌਰ ਤੇ ਬਹਾਲ ਕਰਵਾਉਣਾ ਇਸ ਤੋਂ ਇਲਾਵਾ ਦੋਸਤੋ ਗੱਲ ਕਰੀਏ ਤੀਜੀ ਵੱਡੀ ਚੁਣੌਤੀ ਦੀ ਜਿਸ ਦੇ ਵਿੱਚ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਦੋਨੋਂ ਹੀ ਸ਼ਾਮਲ ਨੇ ਉਹ ਹੈ ਸਾਢੇ 5 ਸਾਲ ਦਾ ਪੇ ਕਮਿਸ਼ਨ ਦਾ ਏਰੀਅਨ ਇਸ ਨੂੰ ਲੈ ਕੇ ਲਗਾਤਾਰ ਖਬਰਾਂ ਵੀ ਇਹ ਚਲਦੀਆਂ ਰਹੀਆਂ ਨੇ ਕਿ ਸਰਕਾਰ ਕੋਈ ਨਾ ਕੋਈ ਵਿਉਂਤਬੰਦੀ ਜਿਹੜੀ ਹੈ ਪੇ ਕਮਿਸ਼ਨ ਦੇ ਏਰੀਅਨ ਨੂੰ ਲੈ ਕੇ ਬਣਾ ਰਹੀ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਕਿਸ਼ਤ ਜਿਹੜੀ ਰਿਲੀਜ਼ ਜ਼ਰੂਰ ਕੀਤੀ ਜਾਵੇ ਔਰ ਇਸ ਨੂੰ ਲੈ ਕੇ 18 ਦਸੰਬਰ 2023 ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਵਾਅਦਾ ਕੀਤਾ ਸੀ ਪੀਐਸਐਮਐਸਯੂ ਨੂੰ ਕਿ ਅਸੀਂ ਆਉਣ ਵਾਲੇ ਬਜਟ ਦੇ ਵਿੱਚ ਫੰਡ ਦੀ ਜਿਹੜੀ ਅਲੋਕੇਸ਼ਨ ਮੁਲਾਜ਼ਮਾਂ ਦੇ ਲਈ ਖਾਸ ਤੌਰ ਤੇ ਕਰਾਂਗੇ ਔਰ ਉਸ ਦੇ ਵਿੱਚ ਜਿੰਨੇ ਵੀ ਬਕਾਏ ਨੇ ਮੁਲਾਜ਼ਮਾਂ ਦੇ ਉਸ ਨੂੰ ਰਿਲੀਜ਼ ਜ਼ਰੂਰ ਕਰਾਂਗੇ ਸੋ 2024 ਦੇ ਵਿੱਚ ਮੁਲਾਜ਼ਮਾਂ ਦੇ ਲਈ ਆਪਣੇ ਬਕਾਏ ਏਰੀਅਰ डीए ਦਾ ਹੋਵੇ ਚਾਹੇ ਉਹ ਪੇ ਕਮਿਸ਼ਨ ਦਾ ਹੋਵੇ ਉਸ ਨੂੰ ਲੈ ਕੇ ਰਹੇਗੀ ਦੋਸਤੋ ਪੇ ਕਮਿਸ਼ਨ ਦੀ ਹੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਲਗਾਤਾਰ ਪਿਛਲੇ 2 ਸਾਲ ਤੋਂ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ 37 ਪੱਤੇ ਜਿਨ੍ਹਾਂ ਨੂੰ ਰੈਸ਼ਲਾਈਜ਼ ਕਰਨ ਦੇ ਲਈ ਸਰਕਾਰ ਵੱਲੋਂ ਜਿਹੜਾ ਹੈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ ਵਿੱਤ ਵਿਭਾਗ ਨੂੰ ਉਹਨਾਂ ਉੱਪਰ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਬਾਰਡਰ ਏਰੀਆ ਅਲਾਉਂਸ ਰੂਰਲ ਏਰੀਆ ਅਲਾਉਂਸ ਅਜੇ ਹੀ ਕੁਝ ਪੱਤੇ ਨੇ ਜਿਹੜੇ ਕਿ ਫਿਲਹਾਲ ਬੰਦ ਕੀਤੇ ਹੋਏ ਨੇ ਸਰਕਾਰ ਵੱਲੋਂ ਇਹਨਾਂ 37 ਪੱਤਿਆਂ ਨੂੰ ਮੁੜ ਬਹਾਲ ਕਰਨ ਜਾਂ ਫਿਰ ਬੰਦ ਕਰਨ ਦਾ ਕੋਈ ਵੀ ਫੈਸਲਾ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਔਰ ਇਸ ਨੂੰ ਲੈ ਕੇ ਮੁਲਾਜ਼ਮਾਂ ਦੇ ਲਈ ਵੱਡੀ ਚੁਣੌਤੀ ਹੋਵੇਗੀ ਕਿ ਇਹਨਾਂ 37 ਪੱਤਿਆਂ ਦੇ ਉੱਪਰ ਜਲਦ ਕੋਈ ਫੈਸਲਾ ਜਿਹੜਾ ਕਰਵਾਇਆ ਜਾਵੇ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਹੀ ਜਿਹੜਾ ਹੈ ਪੰਜਾਬ ਦੇ ਵਿੱਚ ACP ਯਾਨੀ ਕਿ ਅਸ਼ੋਰ ਕੈਰੀਅਰ ਪ੍ਰੋਗਰੈਸ਼ਨ ਨੂੰ ਬੰਦ ਕਰ ਦਿੱਤਾ ਗਿਆ 4 ਸਾਲਾ 9 ਸਾਲਾ 14 ਸਾਲਾ ਅਜੇ ਹੀ ਜਿਹੜੇ ਬੈਨੀਫਿਟਸ ਨੇ ਜਿਹੜੇ ਮਲਾਜ਼ਮਾਂ ਨੂੰ ਦਿੱਤੇ ਜਾਂਦੇ ਨੇ ਪਰ ਅਜੇਹੇ ਜਿਹੜੇ ਲਾਭ ਨੇ ਫਿਲਹਾਲ ਰੁਕੇ ਹੋਏ ਨੇ 6ਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਸੋ ਏਸੀਪੀ ਨੂੰ ਲਾਗੂ ਕਰਵਾਉਣਾ ਜਿਹੜਾ ਵੱਡੀ ਚੁਣੌਤੀ ਹੋਵੇਗੀ ਪੇ ਕਮਿਸ਼ਨ ਦੀ ਦੋਸਤੋ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਪੇ ਅਨਾਰਮਲੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ 2023 ਦੇ ਵਿੱਚ ਜਿਸ ਦੀ ਕੋਈ ਵੀ ਮੀਟਿੰਗ ਜਿਹੜੀ ਅਜੇ ਤੱਕ ਨਹੀਂ ਹੋਈ ਕੋਈ ਰਿਪੋਰਟ ਜਿਹੜੀ ਬਾਹਰ ਨਹੀਂ ਆਈ ਸੋ ਮੁਲਾਜ਼ਮਾਂ ਦੇ ਲਈ ਪੇ ਕਮਿਸ਼ਨ ਨੂੰ ਲੈ ਕੇ ਪੇ ਅਨਾਰਮਲੀ ਕਮੇਟੀ ਦੀ ਮੀਟਿੰਗ ਕਰਵਾਉਣਾ ਤੇ ਇਸ ਦੀ ਰਿਪੋਰਟ ਜਿਹੜੀ ਨਸ਼ਰ ਹੋਣਾ ਇਹ ਵੀ ਜਿਹੜੀ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਵੱਡੀ ਚੁਣੌਤੀ ਹੋਵੇਗੀ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀ ਜੇਕਰ ਗੱਲ ਕਰੀਏ ਤਾਂ 2.59 ਦੇ ਫੈਕਟਰ ਦੀ ਮੰਗ ਨੂੰ ਲੈ ਕੇ ਲਗਾਤਾਰ ਪੈਨਸ਼ਨਰ ਜਿਹੜੇ ਨੇ ਉਹ ਧਰਨੇ ਮਜ਼ਾਰੇ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਇੱਕ ਇੱਕ 2016 ਤੋਂ ਪਹਿਲਾਂ ਜਿੰਨੇ ਵੀ ਰਿਟਾਇਰੀ ਕਰਮਚਾਰੀ ਨੇ ਜੋ ਕਿ ਇਸ ਤੋਂ ਪਹਿਲਾਂ ਰਿਟਾਇਰ ਹੋ ਚੁੱਕੇ ਪੈਨਸ਼ਨ ਪ੍ਰਾਪਤ ਕਰ ਰਹੇ ਨੇ ਉਹਨਾਂ ਨੂੰ 2.59 ਦੇ ਫੈਕਟਰ ਦੀ ਆਸ ਜਿਹੜੀ ਹੈ ਅਜੇ ਵੀ ਬੱਜੀ ਹੋਈ ਹੈ ਔਰ ਇਸ ਨੂੰ ਲੈ ਕੇ ਲਗਾਤਾਰ ਜਿਹੜੀ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਔਰ ਬਹੁਤ ਸਾਰੇ ਪੈਨਸ਼ਨਰਸ ਦਾ ਇਹ ਵੀ ਕਹਿਣਾ ਕਿ ਰਿਵਾਈਜ਼ਡ ਪੇ ਕਮਿਸ਼ਨ ਹੁਣ ਤੋਂ ਬਾਅਦ ਬਹੁਤ ਸਾਰੇ ਰਿਟਾਇਰੀਆਂ ਦਾ ਇਹ ਵੀ ਕਹਿਣਾ ਹੈ ਕਿ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਰਿਵਾਈਜ਼ਡ ਲੀਵਨ ਕੈਸ਼ਮੈਂਟ ਗ੍ਰੈਚਿਟੀ ਜਾਂ ਫਿਰ ਕੰਮਿਊਟੇਸ਼ਨ ਦੀ ਜਿਹੜੀ ਅਦਾਇਗੀ ਹੈ ਸਰਕਾਰ ਵੱਲੋਂ ਨਹੀਂ ਕੀਤੀ ਗਈ ਇਸ ਨੂੰ ਲੈ ਕੇ ਵੀ ਪੈਨਸ਼ਨਰਾਂ ਦੇ ਲਈ ਇੱਕ ਵੱਡੀ ਚੁਣੌਤੀ 2024 ਦੇ ਵਿੱਚ ਰਹੇਗੀ ਨਵੇਂ ਭਰਤੀ ਮੁਲਾਜ਼ਮਾਂ ਦੀ ਜੇਕਰ ਗੱਲ ਕਰੀਏ ਤਾਂ 15 1 15 ਦੀ ਨੋਟੀਫਿਕੇਸ਼ਨ ਨੂੰ ਲੈ ਕੇ ਵੀ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਅ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ ਕਿਉਂਕਿ 2 ਸਾਲ ਜਾਂ ਫਿਰ 3 ਸਾਲ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਮੁਲਾਜ਼ਮਾਂ ਨੂੰ ਬਹੁਤ ਘੱਟ ਤਨਖਾਹ ਜਿਹੜੀ ਦਿੱਤੀ ਜਾਂਦੀ ਹੈ ਇਸ ਨੋਟੀਫਿਕੇਸ਼ਨ ਨੂੰ ਬਰਖਾਸਤ ਕਰਨ ਲਈ ਮਾਨਯੋਗ ਕੋਰਟ ਵੱਲੋਂ ਵੀ ਜਿਹੜਾ ਹੁਕਮ ਦੇ ਦਿੱਤਾ ਗਿਆ ਪਰ ਸਰਕਾਰ ਵੱਲੋਂ ਇਸ ਵਿਰੁੱਧ ਜਿਹੜੀ ਹੈ ਸੁਪਰੀਮ ਕੋਰਟ ਦਾ ਜਿਹੜਾ ਹੈ ਰਸਤਾ ਚੁਣਿਆ ਗਿਆ ਸੋ ਇਸ ਨੂੰ ਲੈ ਕੇ ਵੀ ਮੁਲਾਜ਼ਮਾਂ ਦੀ ਲਗਾਤਾਰ ਮੰਗ ਰਹੀ ਹੈ ਇਸੇ ਤਰ੍ਹਾਂ ਹੀ 17/7/2020 ਦੀ ਨੋਟੀਫਿਕੇਸ਼ਨ ਜਸਦੀਨ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਦਾ 7ਵਾਂ ਪੇਕ ਮਿਸ਼ਨ ਦਿੱਤਾ ਗਿਆ ਜਿਸ ਦੇ ਸਕੇਲ ਜਿਹੜੇ ਨੇ ਪੰਜਾਬ ਦੇ ਮੁਲਾਜ਼ਮਾਂ ਨਾਲੋਂ ਬਹੁਤ ਘੱਟ ਨੇ ਸੋ ਏ ਵੀ ਮੰਗ ਮੁਲਾਜ਼ਮ ਜਥੇਬੰਦੀਆਂ ਵੱਲੋਂ ਲਗਾਤਾਰ ਕੀਤੀ ਜਾਂਦੀ ਰਹੀ ਹੈ ਕਿ 17/7/2020 ਦੀ ਨੋਟੀਫਿਕੇਸ਼ਨ ਰੱਦ ਕਰਕੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਪੰਜਾਬ ਦੇ ਸਕੇਲ ਹੀ ਜਿਹੜੇ ਨੇ ਦਿੱਤੇ ਜਾਣ ਸੋ ਇਹ ਵੀ ਵੱਡੀ ਚੁਣੌਤੀ ਜਿਹੜੀ ਹੈ 2024 ਦੇ ਵਿੱਚ ਮੁਲਾਜ਼ਮਾਂ ਦੇ ਲਈ ਹੋਣ ਜਾ ਰਹੀ ਹੈ ਸੋ ਦੋਸਤੋ ਇਹ ਸੀ ਕੁਝ ਮੰਗਾਂ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ 2023 ਦੇ ਵਿੱਚ ਲਗਾਤਾਰ ਸੰਘਰਸ਼ ਕਰਦੇ ਰਹੇ ਨੇ ਰੈਲੀਆਂ ਕਰਦੇ ਰਹੇ ਨੇ ਮਜ਼ਾਰੇ ਕਰਦੇ ਰਹੇ ਨੇ ਹੁਣ 2024 ਦੇ ਵਿੱਚ ਦੇਖਣਾ ਹੋਵੇਗਾ ਕਿ ਇਨ੍ਹਾਂ ਮੰਗਾਂ ਦੇ ਉੱਪਰ ਪੰਜਾਬ ਸਰਕਾਰ ਕਿੰਨੀ ਗੰਭੀਰਤਾ ਦੇ ਨਾਲ ਵਿਚਾਰ ਕਰਦੀ ਹੈ ਔਰ ਕਿਹੜੀਆਂ ਮੰਗਾਂ ਜਿਹੜੀਆਂ ਨੇ ਇਹਨਾਂ ਵਿੱਚੋਂ ਮੰਨੀਆਂ ਜਾਂਦੀਆਂ ਨੇ ਕਿਉਂਕਿ 18 ਦਸੰਬਰ 2023 ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੀਐਸਐਮਐਸ ਨੂੰ ਵਾਅਦਾ ਕੀਤਾ ਕਿ ਤੁਹਾਨੂੰ ਧਰਨੇ ਮਜ਼ਾਰੇ ਕਰਨ ਦੀ ਜਿਹੜੀ ਹੈ ਅਕੇ ਲੋੜ ਨਹੀਂ ਹੋਵੇਗੀ ਕਿਉਂਕਿ ਬਹੁਤ ਸਾਰਾ ਵਿਚਾਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹਨਾਂ ਮੰਗਾਂ ਦੇ ਉੱਪਰ ਖੁਦ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਮੰਨਿਆ ਜਾਵੇਗਾ ਪੂਰਾ ਕੀਤਾ ਜਾਵੇਗਾ ਔਰ ਬਹੁਤ ਸਾਰੀਆਂ ਮੰਗਾਂ ਅਜਿਹੀਆਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਦੇ ਉੱਪਰ ਵਿਚਾਰ ਜਿਹੜਾ 2024 ਦੇ ਵਿੱਚ ਲੰਬੇ ਸਮੇਂ ਦੇ ਲਈ ਚੱਲਦਾ ਰਹੇ ਇਸ ਦੇ ਵਿਚਾਰ ਲੈ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ 4 ਜਨਵਰੀ ਨੂੰ ਸੀਪੀਐਫ ਕਰਮਚਾਰੀ ਯੂਨੀਅਨ ਦੀ ਜਿਹੜੀ ਹੈ ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਸੋ ਉਸਤੇ ਵੀ ਨਿਗਾਹ ਰਹੇਗੀ ਕਿ 4 ਜਨਵਰੀ ਦੀ ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਲੈ ਕੇ ਵੀ ਸਰਕਾਰ ਕੋਈ ਫੈਸਲਾ ਲੈਂਦੀ ਹੈ ਜਾਂ ਫਿਰ ਨਹੀਂ ਪਰਾਸ ਕਰਾਂਗੇ ਕਿ 2024 ਪੰਜਾਬ ਦੇ ਲੱਖਾਂ ਮਲਾਜ਼ਮਾਂ ਤੇ ਪੈਨਸ਼ਨਾਂ ਦੇ ਲਈ ਤਰੱਕੀਆਂ ਵਾਲਾ ਹੋਵੇ ਤੇ ਇਹਨਾਂ ਮੰਗਾਂ ਦੇ ਵਿੱਚੋਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਨੇ ਮੰਨੀਆਂ ਜਾਣ ਤੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਸਰਕਾਰ ਜਿਹੜਾ ਗੰਭੀਰਤਾ ਦੇ ਨਾਲ ਲਵੇਗੀ ਸੁਵਾਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹ